ਮੈਂ ਬਲਕਰਨ ਸਿੰਘ ਬਰਾੜ, ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ। ਅੱਜ ਮੈਂ ਇੱਥੇ ਖੇਤੀ ਖੋਜ ਕੇਂਦਰ ਬਠਿੰਡਾ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਮੇਲਾ ਲਗਾਇਆ ਗਿਆ ਉੱਥੇ ਅਸੀਂ ਟੂਰ ਕਰਨ ਆਏ ਸੀ, ਮੇਲੇ ਦਾ ਪ੍ਰਬੰਧ ਦੇਖਣ ਆਏ ਸੀ। ਦੇਖੋ, ਪੰਜਾਬ ਸਰਕਾਰ ਜਾਂ ਖੇਤੀਬਾੜੀ ਵਿਭਾਗ ਹੈ ਜਿਹੜਾ, ਉਹ ਮੇਲੇ ਤਾਂ ਲਗਾ ਰਿਹਾ ਕਿਸਾਨਾਂ ਨੂੰ, ਮਤਲਬ ਬਿਲਕੁਲ ਮੈਂ ਰੱਦ ਤਾਂ ਨਹੀਂ ਕਰੂੰਗਾ। ਪਿਛਲੇ ਜੋ ਦੀ ਯੂਨੀਵਰਸਿਟੀ ਬਣੀ ਆ ਉਹਨੇ ਨਵੀਆਂ ਖੋਜਾਂ ਕੀਤੀਆਂ, ਬੀਜ ਦਿੱਤੇ, ਪਰ ਜਿਹੜੀ ਹੁਣ ਪ੍ਰੈਜੈਂਟ ਸਥਿਤੀ ਹੈ ਉਹਦੇ 'ਚ ਇਹ ਹੈ ਵੀ ਸਾਡੀਆਂ ਸਰਕਾਰਾਂ ਜਿਹੜੀਆਂ, ਚਾਹੇ ਸਟੇਟ ਸਰਕਾਰ ਹੈ ਚਾਹੇ ਕੇਂਦਰ ਸਰਕਾਰ ਹੈ, ਉਹ ਇਸ ਖੋਜ ਤੋਂ ਭੱਜ ਰਹੀ ਹੈ। ਯੂਨੀਵਰਸਿਟੀ ਨੂੰ ਅਤੇ ਇਹਨਾਂ ਕੇਂਦਰਾਂ ਨੂੰ ਉਹ ਕੋਈ ਫੰਡ ਨਹੀਂ ਮੁਹੱਈਆ ਕਰਵਾ ਰਹੀ। ਜਿਹੜਾ ਖੋਜ ਦਾ ਕੰਮ ਹੈ ਉਹ ਬਿਲਕੁਲ ਠੱਪ ਹੋਣ ਦੇ ਕੰਢੇ ਆ। ਕੋਈ ਮਾੜਾ ਮੋਟਾ ਕੋਈ ਇੱਕ ਅੱਧੀ ਕਿਸਮ ਹੈ ਜਿਹੜੀ ਕਿਸੇ ਰਵਾਇਤੀ ਜਿਹੜੀਆਂ ਫਸਲਾਂ ਝੋਨਾ ਵਗੈਰਾ ਉਹਦੀ ਆ ਜਾਂਦੀ ਹੈ, ਪਰ ਜਿਹੜਾ ਖੋਜ ਦਾ ਕੰਮ ਹੋਣਾ ਚਾਹੀਦਾ ਹੈ, ਸਰਕਾਰ ਨੂੰ ਆਪਦੇ ਹੱਥ 'ਚ ਲੈਣਾ ਚਾਹੀਦਾ, ਉਹ ਨਹੀਂ ਹੋ ਰਿਹਾ। ਇਸ ਗੱਲ ਕਰਕੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹ ਵੱਡੀ ਪੱਧਰ 'ਤੇ ਬੀਜਾਂ ਦੇ ਵਿੱਚ ਜਾਂ ਦੂਜੀਆਂ ਪੌਦਾ ਵਗੈਰਾ ਜਿਹੜਾ ਉਹਨਾਂ ਦੇ ਖੋਜਾਂ ਕਰਕੇ ਅਤੇ ਮਹਿੰਗੇ ਬੀਜ ਉਹ ਵੇਚ ਕੇ ਕਿਸਾਨੀ ਦੀ ਲੁੱਟ ਕਰ ਰਹੀਆਂ। ਅਸੀਂ ਪਿਛਲੇ ਸਮੇਂ 'ਚ ਕੈਪਟਨ ਸਾਹਿਬ ਨਾਲ ਵੀ ਅਤੇ ਚੰਨੀ ਨਾਲ ਵੀ ਮੀਟਿੰਗਾਂ ਹੋਈਆਂ, ਭਗਵੰਤ ਮਾਨ ਨਾਲ ਵੀ ਦੋ ਮੀਟਿੰਗਾਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਦੀਆਂ। ਅਸੀਂ ਬਕਾਇਦਾ ਇਹ ਗੱਲ ਰੱਖਦੇ ਰਹੇ ਹਾਂ ਵੀ ਤੁਸੀਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਜਾਂ ਖੇਤੀਬਾੜੀ ਵਿਭਾਗ ਨੂੰ ਇੱਕ ਨੁਮਾਇਸ਼ ਜੀ ਬਣਾ ਕੇ ਰੱਖ ਲਿਆ, ਉਸ ਨੂੰ ਪ੍ਰੋਪਰ ਫੰਡ ਜਿੰਨਾ ਚਿਰ ਨਹੀਂ ਮੁਹੱਈਆ ਕਰਾਏ ਜਾਂਦੇ ਤਾਂ ਖੇਤੀ ਖੋਜ ਦਾ ਕੰਮ ਜਿਹੜਾ ਅੱਗੇ ਨਹੀਂ ਵੱਧ ਸਕਦਾ, ਜਿਹਦਾ ਲਾਹਾ ਲੈ ਕੇ ਪ੍ਰਾਈਵੇਟ ਕੰਪਨੀਆਂ ਕਿਸਾਨੀ ਦੀ ਧੜਾਧੜ ਲੁੱਟ ਕਰ ਰਹੀਆਂ। ਅਤੇ ਮੈਂ ਇਹ ਮੰਗ ਕਰੂੰਗਾ ਸਰਕਾਰ ਨੂੰ, ਸਾਡੇ ਖੇਤੀਬਾੜੀ ਵਿਭਾਗ ਨੂੰ, ਖੇਤੀਬਾੜੀ ਯੂਨੀਵਰਸਿਟੀ ਨੂੰ ਪ੍ਰੋਪਰ ਫੰਡ ਮੁਹੱਈਆ ਕਰਾਉਣੇ ਚਾਹੀਦੇ ਆ, ਖੇਤੀ ਵਿਕਾਸ ਵਾਸਤੇ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੀਦਾ। ਕਿਸਾਨਾਂ ਨੂੰ ਜਿਵੇਂ ਪ੍ਰਾਈਵੇਟ ਕੰਪਨੀਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਆਲੂ ਪੱਟਿਆ ਜਾ ਰਿਹਾ ਅਤੇ ਖੇਤੀ ਦੇ ਵਿੱਚ ਮੱਕੀ ਦੀ ਬਿਜਾਈ ਹੋਣੀ ਆ, ਮੂੰਗੀ ਦੀ ਹੋਣੀ ਹੈ, ਉਹ ਪ੍ਰਾਈਵੇਟ ਕੰਪਨੀਆਂ ਆਪਦੇ ਬੀਜ ਵੇਚ ਰਹੀਆਂ, ਪਰ ਵਿਭਾਗ ਦੀ ਕੋਈ ਖੋਜ ਨਹੀਂ ਹੋ ਰਹੀ, ਕੋਈ ਨਵਾਂ ਬੀਜ ਨਹੀਂ ਆ ਰਿਹਾ। ਇਸੇ ਤਰ੍ਹਾਂ ਹੀ ਬਾਗਬਾਨੀ ਦੇ ਵਿੱਚ ਹੈ ਅਤੇ ਸੋ ਇਹੀ ਮੰਗ ਕਰਦੇ ਹਾਂ ਵੀ ਖੇਤੀ ਖੋਜ ਨੂੰ ਅੱਗੇ ਵਧਾਉਣ ਵਾਸਤੇ ਇਹਨਾਂ ਮੇਲਿਆਂ ਦੀ ਤਾਂ ਹੀ ਸਾਰਥਕਤਾ ਹੋ ਸਕਦੀ ਹੈ ਜੇ ਖੇਤੀਬਾੜੀ ਵਿਭਾਗ ਆਪਦੇ ਪੱਧਰ 'ਤੇ ਬੀਜ ਪੈਦਾ ਕਰੇ ਅਤੇ ਕਿਸਾਨੀ ਨੂੰ ਬੀਜ ਆ ਜਿਹੜੇ ਉਹ ਮੁਹੱਈਆ ਕਰਾਉਣੇ। ਮੈਂ ਜਸਵੀਰ ਸਿੰਘ ਆਕਲੀਆ, ਅੱਜ ਇੱਥੇ ਕਿਸਾਨ ਮੇਲੇ 'ਚ ਮੇਲੇ ਨੂੰ ਵੇਖਣ ਵਾਸਤੇ ਇੱਥੇ ਜੋ ਕੁਛ ਕਿੰਨੀਆਂ ਕੁ ਨਵੀਆਂ ਕਿਸਮਾਂ ਕੀ ਹਾਲਾਤ ਹੈ ਉਹ ਸਾਰਾ ਕੁਛ ਵੇਖਣ ਵਾਸਤੇ, ਕਿਉਂਕਿ ਲੰਮੇ ਸਮੇਂ ਤੋਂ ਅਸੀਂ ਖੇਤੀ ਜਿਹੜੀ ਹੈ, ਮੈਂ ਖੇਤੀ ਨਾਲ ਜੁੜਿਆ ਹੋਇਆ ਹੋਣ ਕਰਕੇ ਇਹ ਗੱਲ ਲੰਮੇ ਸਮੇਂ ਤੋਂ ਸਮਝਦਾ ਰਿਹਾ ਅਤੇ ਹੁਣ ਫਿਰ ਅੱਜ ਜਦੋਂ ਇਸ ਮੇਲੇ 'ਚ ਆਏ, ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਵੇਖੀਆਂ, ਬਹੁਤ ਕੁਛ ਦੇਖਿਆ, ਪਰ ਇੱਕ ਦੇਖਿਆ ਗਿਆ ਕਿ ਇਸ ਮੇਲੇ 'ਚੋਂ ਸਰਕਾਰ ਹੈ ਜਿਹੜੀ ਉਹ ਗਾਇਬ ਹੈ। ਸਰਕਾਰ ਦਾ ਕੋਈ ਵੀ ਨੁਮਾਇੰਦਾ, ਨਾ ਕੋਈ ਮੰਤਰੀ, ਨਾ ਕੋਈ MLA ਇੱਥੇ ਮੈਨੂੰ ਤਾਂ ਮੇਲੇ ਦੇ ਵਿੱਚ ਨਹੀਂ ਦਿਸਿਆ, ਤਾਂ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਉਸ ਮੇਲੇ ਦੇ ਵਿੱਚ ਜ਼ਮੀਨੀ ਹਕੀਕਤਾਂ ਨੂੰ ਦੇਖ ਕੇ ਆਪਣੇ ਜਿਹੜਾ ਉੱਪਰ ਮੁੱਖ ਮੰਤਰੀ ਸਾਹਿਬ ਹੈ ਜਾਂ ਮੰਤਰੀ ਮੰਡਲ ਦੇ ਵਿੱਚ ਕੋਈ ਬਿਆਨ ਕਰ ਸਕੇ, ਉਸ ਗੱਲ ਤੋਂ ਇਹ ਮੇਲਾ ਇੱਕ ਤਰ੍ਹਾਂ ਨਾਲ ਬਾਂਝਾ ਰਿਹਾ। ਦੂਸਰੇ ਪਾਸੇ, ਕਿਉਂਕਿ ਬਹੁਤ ਸਾਰੀ ਹਰ ਇੱਕ ਪ੍ਰਾਈਵੇਟ ਕੰਪਨੀਆਂ, ਚਾਹੇ ਟਰੈਕਟਰ ਵਾਲੀਆਂ, ਮਸ਼ੀਨਾਂ ਵਾਲੀਆਂ, ਉਹਨਾਂ ਨੇ ਜ਼ਰੂਰ ਦੇਖੋ ਆਪਦੀਆਂ ਮਸ਼ੀਨਾਂ ਵੇਚਣ ਵਾਸਤੇ ਜਿਹੜਾ ਉਹ ਲਾਏ ਹੋਏ ਹੈ।
ਪਰ ਇੱਕ ਜਿਹੜੀ ਗੱਲ ਬੀਆਂ ਦੀ ਖੋਜ ਦੀ ਗੱਲ ਆ ਰਹੀ ਹੈ, ਕਿਉਂਕਿ ਸਰਕਾਰਾਂ ਇਸ ਖੋਜ ਤੋਂ ਪਾਸਾ ਵੱਟ ਰਹੀਆਂ। ਉਹ ਫੰਡ ਹੈ ਜਿਹੜੇ ਯੂਨੀਵਰਸਿਟੀਆਂ ਨੂੰ ਮੁਹੱਈਆ ਨਹੀਂ ਕਰਾਏ ਗਏ, ਉਹ ਪਲਾਟ ਹੈ ਜਿਹੜੇ ਤੁਸੀਂ ਜਾ ਕੇ ਦੇਖ ਸਕਦੇ ਯੂਨੀਵਰਸਿਟੀਆਂ ਦੇ ਵਿੱਚ, ਉਹ ਪਲਾਟ ਉਸੇ ਦੇ ਤਰ੍ਹਾਂ ਦੇ ਖਾਲੀ ਹੀ ਪਏ ਹੈ। ਸਰਕਾਰ ਜਿਹੜੇ ਮਤਲਬ ਕਿ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਕਰ ਰਹੀ, ਸੋ ਇਸ ਕਰਕੇ ਸਾਰੇ ਉਪਰਾਲੇ ਸਰਕਾਰ ਨੂੰ, ਕਿਸਾਨ ਨੂੰ ਪੈਰਾਂ ਸਿਰ ਕਰਨ ਵਾਸਤੇ ਇਹ ਜਿਹੜਾ ਖੇਤੀ ਦਾ ਬਦਲਵਾਂ ਰੂਪ ਹੈ, ਭਾਵੇਂ ਸਰਕਾਰ ਪ੍ਰਚਾਰ ਜ਼ਰੂਰ ਕਰ ਰਹੀ ਹੈ ਕਿ ਖੇਤੀ ਦਾ ਜਿਹੜਾ ਝੋਨਾ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਕੱਢਿਆ ਜਾਵੇ, ਪਰ ਉਹਦੇ ਵਾਸਤੇ ਇਹ ਇਹਨਾਂ ਦੇ ਉਪਰਾਲੇ ਆ ਜਿਹੜੇ ਉਹ ਨਹੀਂ ਹੋ ਰਹੇ, ਚਾਹੇ ਕਿਉਂਕਿ ਹੁਣ ਜੇ ਕਣਕ ਦੀ ਫਸਲ ਦੀ ਜਿਹੜੀ ਆ ਗੜੇਮਾਰੀ ਹੋਈ ਹੈ ਉਹਦੀ ਹਜੇ ਤੱਕ ਸਰਕਾਰ ਮਤਲਬ ਕਿ ਗਰਦੌਰੀ ਵੀ ਕਰਾਉਣ ਤੋਂ ਪਾਸੇ ਵੱਟੀ ਹੋਈ ਹੈ। ਮੇਲੇ ਦਾ ਕਿਸਾਨਾਂ ਨੂੰ ਫਾਇਦਾ ਹੈ ਜਿਹੜੇ ਮੇਲੇ ਲੱਗਦੇ? ਇਹ ਦੇਖੋ ਮੇਲੇ ਦਾ ਕਿਸਾਨਾਂ ਨੂੰ ਫਾਇਦਾ ਤਾਂ ਹੈ, ਕਿਉਂਕਿ ਇੱਕ ਮੇਲਾ ਜਿਹੜਾ ਹੈ ਉਹ ਪਰੰਪਰਾਗਤ ਹੁੰਦਾ ਹੈ। ਇਹ ਮੇਲੇ 20-30 ਸਾਲ ਤੋਂ ਪਿੱਛੇ ਲੰਮੇ ਸਮੇਂ ਤੋਂ ਲੱਗ ਰਹੇ ਆ। ਉਹ ਮੇਲੇ ਦੇ ਵਿੱਚ ਪਰੰਪਰਾਗਤ ਜਿਵੇਂ ਆਪਾਂ ਦੂਸਰੇ ਮੇਲਿਆਂ 'ਚ ਜਾਂਦੇ ਹਾਂ, ਉਸੇ ਤਰ੍ਹਾਂ ਕਿਸਾਨ ਆ ਜਿਹੜਾ ਪਰੰਪਰਾਗਤ ਮੇਲੇ 'ਚ ਆ ਰਿਹਾ ਕਿ ਮੇਲਾ ਲੱਗੂਗਾ, ਉੱਥੋਂ ਕੁਛ ਨਾ ਕੁਛ ਮਿਲੂਗਾ। ਪਰ ਉਹ ਜਿਹੜੀ ਉਹਨਾਂ ਨੂੰ ਜਿਹੜੀ ਅਸਲ ਚੀਜ਼ ਮਿਲਣੀ ਚਾਹੀਦੀ ਸੀ ਉਹ ਅੱਜ ਸਾਰੇ ਦਾ ਸਾਰਾ ਜਿਹੜਾ ਚਾਹੇ ਕੋਈ ਵੀ ਲੈ ਲਓ ਯੂਨੀਵਰਸਿਟੀਆਂ, ਮੈਨੂੰ ਤਾਂ ਬਹੁਤ ਘੱਟ ਸਟਾਲਾਂ ਲੱਗੀਆਂ ਹੋਈਆਂ, ਦੂਸਰੀਆਂ ਸਾਰਿਆਂ ਦੀਆਂ ਸਾਰੀਆਂ ਉਹ ਪ੍ਰਾਈਵੇਟ ਸਿਸਟਮ ਦੀਆਂ ਜਿਹੜੀਆਂ ਉਹ ਪ੍ਰਾਈਵੇਟ, ਚਾਹੇ ਕਹਿ ਲਓ ਛੋਟੇ ਦੁਕਾਨਦਾਰ ਹੈ ਚਾਹੇ ਵੱਡੇ ਦੁਕਾਨਦਾਰ ਹੈ, ਉਹਨਾਂ ਨੇ ਆਪਦਾ ਸੇਲ ਕਰਨ ਵਾਸਤੇ ਜਿਹੜਾ ਉਹ ਲਾਇਆ ਹੋਇਆ। ਇਸ ਤੋਂ ਪਹਿਲਾਂ ਜਦੋਂ ਮੇਲੇ ਦੇ ਵਿੱਚ ਆਉਂਦੇ ਸੀਗੇ ਅਸੀਂ, ਉਸ ਸਮੇਂ ਸਰਕਾਰ ਹੈ ਜਿਹੜੀ ਉਹਦੀ ਪਹਿਲਕਦਮੀ ਹੁੰਦੀ ਸੀ, ਹਰ ਥਾਂ ਸਰਕਾਰ ਦੀਆਂ ਜਿਹੜੀਆਂ ਉਹ ਸਟਾਲਾਂ ਸਰਕਾਰਾਂ ਦੀਆਂ ਲੱਗੀਆਂ ਹੁੰਦੀਆਂ ਸੀ। ਇਹ ਘਾਟ ਅੱਜ ਕਿਤੇ ਨਾ ਕਿਤੇ ਦੇਖੋ ਲੋਕਾਂ 'ਚ ਪਰੰਪਰਾ ਹੈ ਕਿ ਮੇਲੇ 'ਤੇ ਜਾਣਾ ਹੈ, ਪਰ ਮੇਲੇ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਉਪਲਬਧਤਾ ਹੈ ਉਹਨੂੰ ਉਹ ਜ਼ਰੂਰ ਮਹਿਸੂਸ ਘਾਟ ਹੋ ਰਹੀ ਹੈ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ ਅਤੇ ਕਿਹੜੀ ਤਬਦੀਲੀ? ਭਾਅ ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤੁਹਾਨੂੰ ਸਾਰਿਆਂ ਨੂੰ ਭਾਈ ਮੀਡੀਆ ਭਰਾ ਸਾਡੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੀ KS ਸਟਾਲ 'ਤੇ ਪਹੁੰਚੇ ਹੋ। ਮੇਰਾ ਨਾਂ ਹੈ ਯਾਦਵਿੰਦਰ ਸਿੰਘ ਨੀਟਾ ਦੇ ਨਾਂ 'ਤੇ ਮੈਨੂੰ ਜਾਣਦੇ ਆ। ਬਠਿੰਡੇ ਮੇਰੀ ਫਰਮ ਹੈ ਸਬਜ਼ੀ ਮੰਡੀ ਦੇ ਵਿੱਚ, ਤੁਸੀਂ ਤਾਂ ਉੱਥੇ ਗਏ ਹੋ। ਬਾਕੀ ਸਾਡਾ ਜਿਹੜਾ ਇਹ KS ਗਰੁੱਪ ਹੈ ਬਹੁਤ ਵੱਡਾ ਗਰੁੱਪ ਹੈ, ਬੜਾ ਨਾਂ ਇਹਨਾਂ ਦਾ ਮਸ਼ੀਨਾਂ ਦੇ ਵਿੱਚ, KS ਵੱਡੀਆਂ ਛੋਟੀਆਂ ਸਾਰੀਆਂ ਮਸ਼ੀਨਾਂ ਇਹਨਾਂ ਦੀਆਂ ਬਹੁਤ ਵਧੀਆ। ਕਿਸਾਨ ਭਰਾ ਬੜਾ ਇਹਨੂੰ ਪਹਿਲੇ ਪਸੰਦ ਬਣੀ ਵੀ ਹੈ ਕਿਸਾਨਾਂ ਦੀ ਮਸ਼ੀਨ, ਕਿਉਂਕਿ ਜਿਹੜੀ ਇਹ ਤੂੜੀ ਵਾਲੀ ਮਸ਼ੀਨ ਹੈ ਇਹ ਤਾਂ ਸਾਡੀ ਮਤਲਬ ਕਿ ਅਸੀਂ ਕਾਊਂਟਰ ਸੇਲ ਹੀ ਸਾਡੀ ਇਸ ਟਾਈਮ, ਮੈਂ ਹੁਣ 200 'ਤੇ ਪਹੁੰਚ ਚੁੱਕਿਆ, ਇਹਦੀ ਸੇਲ ਕਰ ਚੁੱਕਿਆ। ਬੜਾ ਵਧੀਆ ਕਿਸਾਨਾਂ ਭਰਾਵਾਂ ਦਾ ਮਿਲ ਰਿਹਾ ਰਿਸਪੌਂਸ, ਬਾਕੀ ਮਸ਼ੀਨ ਬਹੁਤ ਵਧੀਆ ਜੀ, ਕੋਈ ਪ੍ਰੋਬਲਮ ਨਹੀਂ। ਸਬਜ਼ੀ ਮੰਡੀ 'ਚ ਮੇਰਾ ਦਫ਼ਤਰ ਹੈ ਪੀ ਤਲਵੰਡੀ ਸਾਬੋ ਦਮਦਮਾ ਸਾਹਿਬ, ਮੇਰਾ ਟਰੈਕਟਰ ਦੀ ਮੰਡੀ ਦੇ ਵਿੱਚ ਸ਼ੋਰੂਮ ਬਣਿਆ ਹੋਇਆ ਜੀ। ਦੂਜੀਆਂ ਕੰਪਨੀਆਂ ਨਾਲੋਂ ਤੁਹਾਡੇ ਕੋਲ ਕੀ ਸਪੈਸ਼ਲ ਹੈ ਜੀ? ਸਾਡੇ ਕੋਲ ਜੀ ਸਪੈਸ਼ਲ ਇਹੀ ਹੈ ਜੀ, ਜਿਹੜਾ ਸਾਡਾ ਇਹ ਨਵਾਂ ਮਾਡਲ ਸਟਾਰ ਰੀਪਰ ਆਇਆ, ਇਹ ਅਸੀਂ 2024 'ਚ ਲਾਂਚ ਕਰਿਆ, ਇਹ 769, ਇਹਦੀ ਬਹੁਤ ਵਿਕਰੀ ਹੋ ਰਹੀ ਹੈ, ਕਿਉਂਕਿ ਇਹ ਦੂਜਿਆਂ ਨਾਲੋਂ ਟਰਾਲੀਆਂ ਵੱਧ ਬਣਾਉਂਦਾ ਹੈ, ਟਰੈਕਟਰ ਦਾ ਖਰਚਾ ਤੇਲ ਦਾ ਘੱਟ ਹੈ, ਅਤੇ ਇਹਦੇ ਵਿੱਚ ਕੀ ਹੈ ਵੀ ਇਹ ਜ਼ਿਮੀਂਦਾਰ ਹੈ ਜਿਹੜਾ ਹੁਣ ਉਹ ਇਹ ਭਾਲਦਾ ਵੀ ਥੋੜ੍ਹੀ ਜਿਹੀ ਟਾਈਮ ਦੀ ਬੱਚਤ, ਉਹ ਕਿਸਾਨ ਹੈ ਜਿਹੜੇ ਹੁਣ ਉਹ ਜਦੋਂ ਕਣਕ ਵੱਢਣ ਲੱਗ ਜਾਂਦੇ ਹੈ ਮਗਰ ਹੀ ਮਸ਼ੀਨ ਚਲਾਉਣ ਨੂੰ ਕਰਦੇ ਆ ਵੀ ਗੱਲੇ 'ਚ ਹੀ ਭਾਰ ਦਿੰਦੇ ਆ ਤੂੜੀ 'ਚ, ਇਹ ਗੱਲੇ ਦੇ ਵਿੱਚ ਵੀ ਚੱਲੂਗੀ, ਅਤੇ ਟਰਾਲੀਆਂ ਇਹ ਉਹਦੇ ਨਾਲ ਵੱਧ ਬਣਾਉਂਦੀ ਹੈ ਦੂਜੀਆਂ ਮਸ਼ੀਨਾਂ ਨਾਲੋਂ। ਆਫਰ ਵੀ ਹੈ ਕਿਸਾਨਾਂ ਲਈ ਸਪੈਸ਼ਲ ਜੀ? ਅੱਜ ਪੂਰਾ ਆਫਰ ਕਰਿਆ ਜੀ ਆਪਾਂ, 385 ਰੇਟ ਹੈ ਜੀ ਇਹਦਾ, ਅੱਜ ਅਸੀਂ 10,000 ਲੈਸ ਕਰਕੇ ਦੇ ਰਹੇ ਹਾਂ ਜੀ ਮਸ਼ੀਨ 375 ਦੀ, ਬਾਕੀ ਮੌਕੇ ਤੇ ਹੋਰ ਵੀ ਕਰੀ ਜਾਂਦੇ ਜੀ ਮਾਨਤਾ ਜਿਵੇਂ ਵੀ ਕਿਸਾਨ ਭਰਾ ਜਦੋਂ ਆਉਂਦੇ ਆ। ਕਿਹੜੀਆਂ ਮਸ਼ੀਨਰੀਆਂ ਹੋਰ ਤਿਆਰ ਕਰ ਰਹੇ ਸਾਡੇ ਕੋਲੇ ਜੀ? ਆਪਾਂ ਵੱਡੀ ਮਸ਼ੀਨ ਦੀ ਗੱਲ ਕਰ ਰਹੇ ਹਾਂ, KS 9300 ਜਿਹੜੀ ਸੈਲਫ ਕਮੈਂਡ ਹੈ ਉਹਦੀ ਬੜੀ ਵਧੀਆ ਸੇਲ ਹੈ। ਉਦੋਂ ਬਾਅਦ ਆਪਣੇ ਕੋਲੇ ਟਰੈਕਟਰ ਕਮੈਂਡ ਆ ਗਈ ਜੀ KS 513, ਫਿਰ ਉਦੋਂ ਬਾਅਦ ਤੂੜੀ ਵਾਲੀ ਰੀਪਰ ਆ ਗਈ ਸਟਾਰ ਰੀਪਰ,
ਫਿਰ ਸਾਡੇ ਕੋਲ ਉਦੋਂ ਲੇਜ਼ਰ ਕਰਾਹਾ ਆ ਗਿਆ ਜੀ, ਫਿਰ ਸਾਡਾ ਰੋਟਾਵੇਟਰ ਆ ਗਿਆ ਜੀ, ਸੁਪਰ ਸੀਡਰ ਆ ਗਿਆ ਜੀ, ਇਹ ਸੁਪਰ ਸੀਡਰ, ਬਾਕੀ ਜਿੰਦਰੇ ਲੈ ਲਓ ਜੀ, ਕਲਟੀਵੇਟਰ ਸਾਰੀ ਸਾਰੇ ਸੰਦ ਹੀ ਬਣਦੇ ਜੀ ਕੇ ਐਸ ਦੇ ਵਿੱਚ, ਬਹੁਤ ਵਧੀਆ ਨਾਂ ਜੀ। ਅਤੇ ਬਾਕੀ ਸਰਵਿਸ 'ਤੇ ਚੱਲਦਾ ਕੰਮ, ਸਰਵਿਸ ਸਾਡੀ ਕੇ ਐਸ ਦੀ ਨੰਬਰ 1 ਹੈ। ਇਸ ਟਾਈਮ ਤੂੜੀ ਵਾਲੀਆਂ ਮਸ਼ੀਨਾਂ ਇਹ ਚੱਲਣ 'ਚ ਮਹੀਨਾ ਹੀ ਪਿਆ। ਸਾਡੀਆਂ ਜਿਹੜੀਆਂ ਮਸ਼ੀਨਾਂ ਲੋਕਾਂ ਦੇ ਜ਼ਿਮੀਂਦਾਰਾਂ ਦੇ ਘਰੇ ਜਾਵੜੀਆਂ, ਉਹਨਾਂ ਦੇ ਘਰੇ ਸਾਡੇ ਬੰਦੇ ਹੁਣ ਤੁਰੇ ਫਿਰਦੇ ਆ ਵੀ ਦੱਸੋ ਬਾਈ ਤੁਹਾਡੀ ਮਸ਼ੀਨ ਆ ਗਈ, ਕੋਈ ਦਿੱਕਤ ਤਾਂ ਨਹੀਂ, ਕੋਈ ਚੱਕਰ ਚੁੱਕਰ ਚੈੱਕ ਕਰਨੇ ਆ, ਅਸੀਂ ਹੁਣੇ ਉਹਨਾਂ ਦੇ ਘਰੇ ਜਾ ਕੇ ਸੈੱਟ ਕਰਾਈ ਜਾਂਦੇ ਹਾਂ। ਕਿਉਂਕਿ ਕਿਸਾਨ ਜਦੋਂ ਚਲਾਉਂਦਾ ਮਸ਼ੀਨ ਉਦੋਂ ਸਾਰੇ ਇੱਕੇ ਦਮ ਹੀ ਫੋਨ ਕਰਨ ਲੱਗ ਜਾਂਦੇ, ਬਾਈ ਮੇਰੀ ਮਸ਼ੀਨ ਦੇ ਇੱਕੇ ਜਾ ਇਹਦਾ ਚੱਕਰ ਨਹੀਂ ਮਿਲਦੇ, ਅਸੀਂ ਪਹਿਲੇ ਦਾ ਜੀ ਕਰਾ ਰਹੇ ਹਾਂ। ਅਤੇ ਜਿਹੜਾ ਇਹ ਨਾਂ ਬਣਿਆ ਕੇਸ ਦਾ ਉਹ ਸਿਰਫ ਸਰਵਿਸ ਕਰਕੇ ਚੱਲ ਰਿਹਾ ਜੀ, ਬਾਕੀ ਡੀਲਰ ਦੇ ਸਿਰ 'ਤੇ ਹੁੰਦਾ। ਅਸੀਂ ਆਪ ਮੈਂ ਆਪ ਖੁਦ ਜਾਂਦਾ ਨਾਲ ਪਿੰਡਾਂ 'ਚ, ਮੈਂ ਨਾਲ ਜਾ ਕੇ ਫੋਰਮੈਨਾਂ ਦੇ ਜਾ ਕੇ ਚੈੱਕ ਕਰਦਾ ਤਾਂ ਜ਼ਿਮੀਂਦਾਰ ਬੜਾ ਖੁਸ਼ ਹੁੰਦੇ ਆ, ਅਗਲਾ ਕਹਿੰਦਾ ਯਾਰ ਮਸ਼ੀਨ ਲੈਣੀ ਹੈ ਤਾਂ ਇਹਨਾਂ ਤੋਂ ਲਓ ਵੀ ਸਰਵਿਸ ਵਧੀਆ ਇਹਨਾਂ ਦੀ, ਤਾਂ ਸਰਵਿਸ 'ਤੇ ਬਾਈ ਜੀ ਕੰਮ ਚੱਲਦਾ। ਕਿਸਾਨਾਂ ਨੂੰ ਕੀ ਅਪੀਲ ਕਰਨਾ? ਕਿਸਾਨਾਂ ਨੂੰ ਤਾਂ ਇਹੀ ਅਪੀਲ ਕਰਦਾ ਜੀ ਵੀ ਤੁਸੀਂ ਸੰਦ ਉਹ ਲਓ ਜਿਹੜਾ ਸੰਦ ਤੁਹਾਡੇ ਵਿੱਚ ਰੀਸੇਲ 'ਚ ਆਵੇ। ਕਿਸਾਨ ਭਰਾ ਪਹਿਲਾਂ ਹੀ ਬਹੁਤ ਆਪਾਂ ਤਾਂ ਥੱਲੇ ਜਾ ਰਹੇ ਹਾਂ, ਕੋਈ ਫਸਲਾਂ ਵਗੈਰਾ ਆਪਾਂ ਨੂੰ ਰੇਟ ਨਹੀਂ ਮਿਲਦਾ ਹੈਗਾ ਜਿਹੜਾ ਚਾਹੁੰਦੇ ਹਾਂ, ਪਰ ਫਿਰ ਵੀ ਜਿਹੜੀ ਮਸ਼ੀਨਰੀ ਹੈ ਇੱਥੋਂ ਹੀ ਅਗਲੇ ਨੇ, ਜ਼ਿਮੀਂਦਾਰ ਨੇ ਰੋਟੀ ਖਾਣੀ ਹੈ, ਕੋਈ ਕਿਰਾਏ ਦਾ ਕੰਮ ਕਰਦਾ ਵਿਚਾਰਾ, ਕੋਈ ਰੋਟਾ ਵੇਟਰ ਦਾ ਕੋਈ, ਪਰ ਅਸੀਂ ਇਹ ਕਹਿੰਦੇ ਹਾਂ ਜ਼ਿਮੀਂਦਾਰ ਨੂੰ ਵੀ ਚੰਗੀ ਚੀਜ਼ ਲਓ, ਜਦੋਂ ਤੁਸੀਂ ਕੱਲ੍ਹ ਨੂੰ ਵੇਚਣੀ ਹੈ ਤਾਂ ਤੁਹਾਨੂੰ 2 ਰੁਪਈਏ ਉਹ ਦੇ ਕੇ ਜਾਵੇ, ਉਹ ਨਾ ਹੋਵੇ ਵੀ ਲੋਹਾ ਇਕੱਠਾ ਕਰਕੇ ਆਪਾਂ ਕੁਆਰ ਚੁਕਾ ਦਈਏ। ਚੰਗੀ ਇਹ ਬਹੁਤ ਇੱਕ ਨੰਬਰ 'ਤੇ ਨਾਂ ਜੀ ਇਹਦਾ ਕੇ ਐਸ ਦਾ, ਬਹੁਤ ਵਧੀਆ ਨਾਂ ਹੈ। ਅਤੇ ਇਹਨੂੰ ਰੀਸੇਲ ਦੇ ਵਿੱਚ ਜ਼ਿਮੀਂਦਾਰ ਇਹਨੂੰ ਬਹੁਤ ਵੱਧ ਖਰੀਦ ਰਹੇ ਆ ਵੀ ਯਾਰ ਆਪਣੇ ਜਿਹੜੇ ਪੈਸੇ ਆ ਘਰੇ ਬੋਲਣਗੇ। ਇਸ ਵੀਡੀਓ ਨੂੰ ਦੇਖ ਕੇ ਕੋਈ ਆਊਗਾ ਕਸਟਮਰ, ਉਹਨਾਂ ਲਈ ਵੀ ਕੋਈ ਡਿਸਕਾਊਂਟ ਹੋਊਗਾ? ਬਹੁਤ ਜੀ ਬਹੁਤ। ਦੇਖੋ ਜੀ ਜੇ ਤੁਸੀਂ ਆਹ ਗੱਲ ਕਹਿੰਦੇ ਹੋ, ਮੈਂ ਇਹਦੇ ਨਾਲ ਵੀ ਐਕਸਪੋਰਟ ਹੋ ਜਾਂਦਾ ਜੀ, ਮੈਂ 10,000 ਤੋਂ ਲੈਸ ਕਰੇ ਹੀ ਹੈ ਜੀ, 5,000 ਹੋਰ ਕਰੂੰਗਾ ਤੁਹਾਡੇ ਮੀਡੀਆ ਜਿਹੜਾ ਤੁਸੀਂ ਮੇਰੇ ਕੋਲ ਧੰਨਵਾਦ ਆਏ ਹੋ ਨਾ, 5,000 ਹੋਰ ਆਫਰ ਆ ਜੀ ਅੱਜ। ਤੁਸੀਂ ਰਸਤੇ ਦੇ ਵਿੱਚ ਕਿਸਾਨ ਵੀਰ ਬਹੁਤ ਸਾਰੇ ਬੀਜ ਲੈ ਕੇ ਥੈਲੀਆਂ ਆਪਣੇ ਮੋਢਿਆਂ 'ਤੇ ਰੱਖ ਕੇ ਸਿਰਾਂ 'ਤੇ ਰੱਖ ਕੇ ਮੇਲਾ ਵੀ ਦੇਖ ਰਹੇ ਨੇ ਅਤੇ ਬੀਜ ਵੀ ਘਰ ਨੂੰ ਲੈ ਕੇ ਜਾ ਰਹੇ। ਇਸ ਤਰ੍ਹਾਂ ਜਿਹੜੇ ਫਲਦਾਰ ਬੂਟੇ ਨੇ ਉਹ ਵੀ ਉਹਨੇ ਹੱਥਾਂ 'ਚ ਪਕੜੇ ਨੇ, ਮੇਲਾ ਵੀ ਦੇਖ ਰਹੇ ਨੇ ਅਤੇ ਬੂਟੇ ਵੀ ਉਹਨੇ ਘਰ ਲੈ ਕੇ ਜਾਣੇ ਨਾਲ। ਸੋ ਇਹਦੇ ਵਿੱਚ ਅਸੀਂ ਬਹੁਤ ਜਾਣਕਾਰੀ ਦਿੰਦੇ ਹਾਂ, ਇੱਕ ਤਾਂ ਜਿਹੜੀਆਂ ਸਾਡੀਆਂ ਹਾੜੀ ਦੀਆਂ ਫਸਲਾਂ ਨੇ ਉਹਦੀਆਂ ਪ੍ਰਦਰਸ਼ਨੀਆਂ ਲਾਈਆਂ ਅਤੇ ਖੁਦ ਕਿਸਾਨ ਦੇਖਦੇ ਨੇ ਜਾ ਕੇ। ਉਸ ਤੋਂ ਬਾਅਦ ਜਿਹੜੀਆਂ ਹੁਣ ਸਾਉਣੀ ਦੀਆਂ ਫਸਲਾਂ ਆਉਂਦੀਆਂ ਲਾਈਆਂ ਉਹਦਾ ਵੀ ਅਸੀਂ ਜਾਣਕਾਰੀ ਦਿੰਦੇ ਹਾਂ, ਨਾਲ ਸਾਰੀ ਸਾਉਣੀ ਦੀਆਂ ਫਸਲਾਂ ਦੇ ਅਸੀਂ ਬੀਜ ਵੀ ਇੱਥੋਂ ਦਿੰਦੇ ਹਾਂ, ਕਿੱਟਾਂ ਵੀ ਬਣਾਈਆਂ, ਸਬਜ਼ੀ ਦੀਆਂ ਕਿੱਟਾਂ, ਚਾਰੇ ਦੀਆਂ ਕਿੱਟਾਂ, ਦਾਲਾਂ ਦੀਆਂ ਕਿੱਟਾਂ ਉਹ ਇਸ ਤੋਂ ਦਿੰਦੇ ਹਾਂ। ਅਤੇ ਝੋਨੇ ਦਾ ਅਸੀਂ 126 ਦਾ ਬੀਜ ਅਤੇ 131 ਦਾ ਬੀਜ, ਜਿਹੜੀ ਬਹੁਤੀ ਡਿਮਾਂਡ ਹੈ ਇੱਥੇ ਇਸ ਏਰੀਏ 'ਚ, ਉਹ ਵੀ ਦਿੱਤੀ ਹੈ। ਅਤੇ ਇਸ ਵਾਰ ਸਾਡੇ ਕੋਲ ਬੀਜ ਇੰਨਾ ਹੈ ਕਿ ਅਸੀਂ ਘੱਟ ਨਹੀਂ ਆਉਣ ਦੇਵਾਂਗੇ, ਜਿੰਨਾ ਕਿਸਾਨ ਵੀਰਾਂ ਨੂੰ ਬੀਜ ਚਾਹੀਦਾ ਉਹ ਇੱਥੋਂ ਲੈ ਸਕਦੇ ਨੇ। ਸਰ ਪਿਛਲੇ ਸਮੇਂ ਦੇ ਮੁਕਾਬਲੇ ਐਤਕੀ ਕਿਸਾਨ ਘੱਟ ਆਇਆ, ਕੀ ਕਾਰਨ? ਕਿਸਾਨ ਘੱਟ ਇਸ ਕਰਕੇ ਹੈ, ਦੋ ਗੱਲਾਂ ਦੇ ਦੀਆਂ। ਇੱਕ ਤਾਂ ਮੇਲਾ ਅਸੀਂ 10 ਦਿਨ ਪਹਿਲਾਂ ਕਰਤਾ ਹੈਗਾ, ਕਿਸਾਨਾਂ ਨੂੰ ਹੁੰਦਾ ਕਿ ਮੇਲਾ ਹਾਲੇ ਸ਼ਾਇਦ ਪਤਾ ਨਹੀਂ ਲੱਗਿਆ ਇਸ ਚੀਜ਼ ਦਾ, ਉਹ ਇਸ ਕਰਕੇ ਕੀਤਾ ਵੀ ਥੋੜ੍ਹਾ ਜਿਹਾ ਮੌਸਮ ਫਿਰ ਗਰਮ ਹੋ ਜਾਂਦਾ, ਹੁਣ ਥੋੜ੍ਹਾ ਠੰਡ ਸੀ ਮੇਲਾ ਕਰਿਆ। ਦੂਜਾ ਐਤਕੀ ਕਿਸਾਨ ਵੀਰ ਬਾਰਡਰਾਂ ਦੀ ਬੈਠੇ ਆ, ਸੋ 2 ਰੀਜ਼ਨ ਨੇ। ਅੱਗੇ ਜਿਹੜਾ ਦੇਖੋ ਸੋਸ਼ਲ ਮੀਡੀਆ ਹੁੰਦਾ ਸੀ, ਹੁੰਦਾ ਹੀ ਨਹੀਂ ਸੀ, ਫਿਰ ਵੀ ਲੋਕੀ ਆਉਂਦੇ ਸੀ, ਹੁਣ ਤਾਂ ਸੋਸ਼ਲ ਮੀਡੀਆ ਦੀ ਬਹੁਤ ਕਰ ਰਹੇ ਹਾਂ, ਮੇਰੇ ਖਿਆਲ ਪ੍ਰਚਾਰ ਦੀ ਘੱਟ ਨਹੀਂ ਹੈਗੀ। ਨਰਮਾ ਦੇਖੋ ਇਹ ਅਸੀਂ ਨਹੀਂ ਬੀਜ ਦਿੰਦੇ ਨਰਮੇ ਦਾ, ਇਹ ਪ੍ਰਾਈਵੇਟ ਕੰਪਨੀਆਂ ਦਿੰਦੇ, ਕਿਉਂਕਿ ਬੀਟੀ ਹੈ, ਬੀਟੀ ਇੰਡਸਟਰੀ ਨਹੀਂ ਬਣਾਉਂਦੀ, ਇਹ ਪ੍ਰਾਈਵੇਟ ਕੰਪਨੀਆਂ ਦਿੰਦੀਆਂ ਨੇ। ਅਸੀਂ ਤਾਂ ਇਹੀ ਹੈ ਵੀ ਉਹ ਟੈਸਟ ਕਰਦੇ ਹਾਂ ਪਹਿਲਾਂ ਪ੍ਰਾਈਵੇਟ ਕੰਪਨੀ ਦੇ ਬੀਜ ਨੂੰ, ਅਸੀਂ 73 ਜਿਹੜੇ ਬੀਟੀ ਦੇ ਹਾਈਬ੍ਰਿਡ ਨੇ ਉਹ ਟੈਸਟ ਕਰਕੇ ਸਿਫਾਰਿਸ਼ ਕੀਤੀ ਹੈ। ਕਿਸਾਨ ਵੀਰਾਂ ਨੂੰ ਇਹੀ ਕਹਿੰਦੇ ਕਿ ਜਿਹੜੇ ਅਸੀਂ ਰਿਕਮੈਂਡ ਕੀਤੇ 73 ਉਹਨਾਂ 'ਚ ਜਿਹੜਾ ਮਰਜ਼ੀ ਲਾ ਲਓ, ਪਰਖੇ ਹੋਏ ਨੇ 3-3 ਸਾਲ, ਜਿਹੜਾ ਨਹੀਂ ਰਿਕਮੈਂਡ ਕੀਤਾ ਉਹ ਨਾ ਲਾਉਣ। ਖਰੀਦਦਾਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਜੀ।
ਖਰੀਦਦਾਰੀ ਵੀ ਕਰਦੇ। ਦੇਖੋ ਕਈ ਬਹੁਤ ਸਾਰੇ ਇੱਥੇ ਆਉਂਦੇ ਨੇ ਫਾਬਲ ਪਿੰਡਾਂ ਦੇ ਵਿੱਚ ਆਉਂਦੇ, ਕਈਆਂ ਨੇ ਸਬਜ਼ੀ ਦੀ ਫਰੀਦ ਲੈ ਕੇ ਜਾਣੀ ਹੈ, ਕਈਆਂ ਨੇ ਬੀਜ ਲੈ ਕੇ ਜਾਣੇ ਨੇ, ਉਹ ਪਹਿਲਾਂ ਉਹ ਲੈਂਦੇ ਨੇ। ਮੈਂ ਤਾਂ ਸਵੇਰ ਦਾ ਵੇਖ ਰਿਹਾ ਤੁਹਾਨੂੰ ਉਹੀ ਗੱਲ ਕਰ ਰਹੀ ਸੀ, ਪਹਿਲਾਂ ਆ ਕੇ ਬੀਜ ਲਿਆ ਉਹਨਾਂ ਨੇ, ਉਹ ਬੀਜ ਵੀ ਇੱਥੇ ਚੁੱਕੇ ਹੋਏ ਆ, ਸਿਰ 'ਤੇ ਚੁੱਕੇ, ਮੇਲਾ ਵੀ ਦੇਖ ਰਹੇ ਨੇ। ਸੋ ਉਹ ਤਾਂ ਹੈ ਹੀ ਹੈ ਸਰ, ਸੋਨੀ ਦੀ ਜਿਹੜੀ ਹਾਂਜੀ ਪਰਾਲੀ ਵੀ ਹੈਗੀ ਹੈ, ਉਹਦਾ ਕੀ ਠੋਸ ਹਾਲ ਸੀ ਸ਼ਬਦਾਂ? ਉਹਦੇ 'ਚ ਦੇਖੋ ਪਰਾਲੀ ਦਾ ਹੱਲ ਸਭ ਤੋਂ ਵਧੀਆ ਸੀ, ਮੈਂ ਦੱਸ ਰਿਹਾ ਸੀ ਅਸੀਂ ਨਵੀਂ ਮਸ਼ੀਨ ਦਿੱਤੀ ਸਰਫੇਸ ਸੀਡਰ, ਅਤੇ ਉਹ ਜਿੰਨੇ ਅਸੀਂ ਵਧਾਵਾਂਗੇ ਉਹ ਪਰਾਲੀ ਦਾ ਹੱਲ ਹੈ। ਗੁਲਾਬੀ ਸੁੱਡੀ ਦਾ ਦੇਖੋ, ਇੱਕ ਤਾਂ ਅਸੀਂ ਫਾਰਮਰ ਨੂੰ ਕਹਿੰਦੇ ਹਾਂ ਗੁਲਾਬੀ ਸੁੱਡੀ ਦੀ ਕੋਈ ਇਹੋ ਜਿਹਾ ਹਾਈਬ੍ਰਿਡ ਨਹੀਂ ਜਿਹੜਾ ਗੁਲਾਬੀ ਸੁੱਡੀ ਨੂੰ ਮਾਰਦਾ, ਜੇ ਕੋਈ ਪ੍ਰਚਾਰ ਕਰ ਰਿਹਾ ਉਹ ਗਲਤ ਹੈ। ਸੋ ਕਿਸੇ ਦੇ ਝਾਂਸੇ 'ਚ ਨਾ ਆਉਣ, ਗੁਲਾਬੀ ਸੁੱਡੀ ਦਾ ਕੋਈ ਮਤਲਬ ਹਾਈਬ੍ਰਿਡ ਰਜਿਸਟਰਡ ਹੈ ਨਹੀਂ, ਬੀਟੀ ਦੇ ਹੈਗੇ ਸਾਰੇ, ਗੁਲਾਬੀ ਸੁੱਡੀ ਨੂੰ ਨਹੀਂ ਹੈਗੇ। ਸੋ ਇੱਕ ਤਾਂ ਇਹ ਹੈਗਾ, ਉਹ ਆਊਗਾ BT3 ਜਾਂ BT4, ਉਹਨੂੰ 1-2-3 ਸਾਲ ਲੱਗਣਗੇ ਜੀ, ਫਿਰ ਅਸੀਂ ਪਰਖਾਂਗੇ ਉਹਨੂੰ, ਉਹ ਹਾਲੇ ਹੈ ਨਹੀਂ। ਦੂਜਾ ਜਿਹੜਾ ਹੈਗਾ ਵੀ ਜਿਹੜੀ ਗੁਲਾਬੀ ਸੁੰਡੀ ਹੈ ਉਹਦੀ ਅਸੀਂ ਇੱਕ ਪੇਸਟ ਰਿਕਮੈਂਡ ਕੀਤੀ ਹੋਈ ਹੈ, ਇੱਕ PV0 ਹੈਗੀ ਰਿੰਗ ਪਾਉਂਦੇ ਹਾਂ, ਉਹ ਅਸੀਂ ਦੋਨੇ ਰਿਕਮੈਂਡ ਕੀਤੇ ਨੇ, ਉਹ ਅਸੀਂ ਕਿਸਾਨ ਵੀਰਾਂ ਨੂੰ ਕਹਿੰਦੇ ਕਿ ਅਪਣਾਉਣ। ਪਰ ਉਹ ਹੈਗਾ ਜੇ ਇੱਕ ਫਾਰਮਰ ਲਾਉਂਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਇਕੱਠਾ ਉਹ ਇੱਕ ਪਿੰਡ ਲਾਵੇ, ਅੱਧਾ ਪਿੰਡ ਲਾਵੇ ਜਾਂ ਬਲੌਕ ਹੀ ਸਾਰਾ ਲਾ ਜਾਵੇ, ਫਿਰ ਉਹਦਾ ਫਾਇਦਾ ਹੈ। ਅਸੀਂ ਤਾਂ ਵਧਾਉਣਾ ਚਾਹੁੰਦੇ ਹਾਂ, ਅਤੇ ਅਸੀਂ ਕਿਸਾਨ ਵੀਰਾਂ ਨੂੰ ਵੀ ਕਹਿ ਰਹੇ ਕਿ ਪਹਿਚਾਣ ਹੈ ਇਸ ਇਲਾਕੇ ਦੀ ਕੋਟਨ, ਜਿਹਨੂੰ ਆਪਾਂ ਚਿੱਟਾ ਸੋਨਾ ਕਹਿੰਦੇ ਹਾਂ, ਅਤੇ ਅਸੀਂ ਤਾਂ ਚਾਹੁੰਦੇ ਉਹ ਵਧੇ, ਅਤੇ ਝੋਨਾ ਤਾਂ ਹੋਰ ਪਾਸੇ ਵੀ ਹੋ ਜਾਂਦਾ, ਹੋਰ ਪਾਸੇ ਕੋਟਨ ਨਹੀਂ ਹੁੰਦੀ, ਅਤੇ ਉੱਧਰ ਝੋਨਾ ਬਥੇਰਾ ਹੋ ਜਾਣਾ, ਇੱਧਰ ਕੋਟਨ ਹੀ ਹੋਵੇ ਤਾਂ ਬਹੁਤ ਵਧੀਆ।